ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦਾ? ਉਮੀਦ ਹੈ ਸਰ ਜਰਾ ਆਪਣੇ ਕਾ ਬਹੁਤ ਠੀਕ ਹੋਵੇ ਨਾ, ਬਹੁਤ ਵਧੀਆ ਹੋਵੋਗੇ। ਅਤੇ ਅੱਜ ਇੱਕ ਦੁਬਾਰਾ ਇੱਕ ਨਵੀਂ ਗੱਡੀ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ। ਅਤੇ ਪਹਿਲਾਂ ਤਾਂ ਚੈਨਲ ਕਰ ਲਓ ਜ਼ਰੂਰ ਸਬਸਕ੍ਰਾਈਬ। ਅਤੇ ਮੇਰੇ ਨਾਲ ਖਾਲਸਾ ਟਾਇਰ ਤੋਂ ਆਪਣੇ ਲੋਇ ਕਿੰਗ ਭਾਅ ਜੀ। ਅਤੇ ਆਪਾਂ ਅੱਜ ਗੱਡੀ ਦਿਖਾਉਣ ਵਾਲੇ ਤੁਹਾਨੂੰ ਬ੍ਰੈਂਡ ਨਿਊ ਬਲੈਰੋ, ਜਿਹਦੇ ਵਿੱਚ ਕਸਟਮਰ ਨੇ ਪਹਿਲੇ ਪਵਾਇਆ ਕੁਛ ਹੋਰ, ਫਿਰ ਪਵਾਉਣਾ ਪਿਆ ਉਹਨੂੰ ਕੁਛ ਹੋਰ, ਕੀ ਰੀਜ਼ਨ ਆਏ, ਕੀ ਸਭ ਕੁਛ ਰਿਹਾ, ਉਹ ਸਭ ਕੁਛ ਭਾਅ ਜੀ ਦੱਸਣਗੇ। ਅਤੇ ਵੀਡੀਓ ਐਂਡ ਤੱਕ ਜ਼ਰੂਰ ਵੇਖਿਓ, ਕੋਈ ਪਾਰਟ ਮਿਸ ਨਾ ਕਰਿਓ। ਚੱਲਦੇ ਹਾਂ ਗੱਡੀ ਵੱਲ ਨੂੰ ਸਾਰੀ ਡਿਟੇਲ ਦੇ ਨਾਲ ਜੀ। ਫਿਰ ਕੈਮਰਾ ਦੀ ਬੈਕ ਸਾਈਡ ਆ ਚੁੱਕਾ ਤੁਹਾਡਾ ਭਰਾ ਜੀਤ, ਅਤੇ ਫਰੰਟ ਸਾਈਡ 'ਤੇ ਮੇਰਾ ਭਰਾ ਅਲੋਏ ਕਿੰਗ। ਵੀਰੇ ਕੀ ਹਾਲ ਚਾਲ? ਠੀਕ ਹੈ ਜੀ, ਆਲ ਗੁੱਡ। ਵਧੀਆ। ਅਤੇ ਸਭ ਤੋਂ ਪਹਿਲਾਂ ਅੱਜ ਦੱਸਿਆ ਜਾਵੇ ਬਲੈਰੋ BS6 2021 ਐਡੀਸ਼ਨ ਜੀ। ਠੀਕ ਹੈ, 2021 ਐਡੀਸ਼ਨ ਹੈ ਜੀ, ਫਰੈਸ਼ ਕਾਰ ਹੈ ਬਿਲਕੁਲ। ਠੀਕ ਹੈ, ਕਸਟਮਰ ਨੇ ਪਹਿਲਾਂ ਇਹਨੂੰ ਆਫ ਰੋਡ ਉਹ ਸਟੀਲ ਰਿਮਸ ਆਉਂਦੇ ਆ ਉਹ ਪਵਾਏ ਸੀਗੇ, ਐਂਡ 295/50R15 ਦੇ ਟਾਇਰ ਪਵਾਏ ਸੀਗੇ, ਚੌੜਾ ਟਾਇਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਥੋੜ੍ਹੇ ਕਾਰ ਤੋਂ ਕਾਫੀ ਬਾਹਰ ਆਉਂਦੇ ਆ। ਅਤੇ ਯੂ ਕੈਨ ਸੀ ਕਾਰ ਥੋੜ੍ਹਾ ਜਿਹਾ ਗੰਦੀ ਵੀ ਹੋਈ ਪਈ ਹੈ ਕਾਫੀ, ਕਾਰ ਵੈਸੇ ਫਰੈਸ਼ ਹੈ ਥੋੜ੍ਹੀ ਜਿਹੀ ਹਾਲਤ ਵੀ ਇਹਦੀ ਇੱਦਾਂ ਵੀ ਕੰਡੀਸ਼ਨ ਆਪਾਂ ਦਿਖਾ ਸਕਦੇ ਹਾਂ ਗੱਡੀ ਦੀ। ਪਹਿਲਾਂ ਸੀਟ ਕਵਰਸ ਤੋਂ ਤੁਹਾਨੂੰ ਪਤਾ ਚੱਲ ਜਾਏਗਾ ਬਿਲਕੁਲ ਬ੍ਰੈਂਡ ਨਿਊ ਗੱਡੀ ਹੈ, ਕਿੱਥੋਂ ਕੋਈ ਥੈਲੀ ਤੱਕ ਨਹੀਂ ਉਤਰੀ। ਅਤੇ ਬਸ ਕਸਟਮਰ ਨੇ ਪਾਇਆ ਆਫ ਰੋਡਿੰਗ ਟਾਇਰ ਜੀ, ਆਫ ਰੋਡ ਟਾਇਰ ਪਾਇਆ ਸੀਗਾ ਉਹਨਾਂ ਨੇ। ਅਤੇ ਨਾ ਹੁਣ ਥੋੜ੍ਹਾ ਜਿਹਾ ਯੈਂਕੀ ਲੁੱਕ 'ਚ ਆਪਾਂ ਇਹਨੂੰ ਕਨਵਰਟ ਕੀਤਾ, ਆਪਾਂ ਇਹਨੂੰ 20 ਇੰਚੀਜ਼ ਅਲੋਏ ਇੰਸਟਾਲ ਕੀਤੇ ਆ ਭਾਜੀ। ਠੀਕ ਆ, ਹਾਂਜੀ, ਇਹਨੂੰ ਸਿਲਵਰ ਮਸ਼ੀਨ ਅਲੋਏ ਇੰਸਟਾਲ ਕੀਤਾ ਵਿਦ ਸਪੇਸਰ ਕੀਤਾ ਜੀ ਇੰਸਟਾਲ। ਅਤੇ ਤੁਸੀਂ ਦੇਖੋ ਇੱਥੇ ਇਹਨੂੰ CNC ਵਾਲਾ ਆਪਾਂ ਸਪੇਸਰ ਇੰਸਟਾਲ ਕੀਤਾ ਇਹਦੇ ਵਿੱਚ। ਠੀਕ ਹੈ ਭਾਜੀ, ਪਹੀਏ ਦੇ ਵਿੱਚ ਕਿੰਨੇ ਕੁ ਨਟ ਪਿੱਛੇ, ਬੈਕ ਸਾਈਡ ਪੂਰੇ ਹੱਬ ਦੇ ਨਟ ਲੱਗਦੇ ਆ? ਜੀ ਜੀ ਜੀ, ਬਿਲਕੁਲ ਪ੍ਰੋਪਰ ਫਿਟਮੈਂਟ ਹੈ, 0-0 ਫਿਟਮੈਂਟ ਹੈ, ਕੋਈ ਮਤਲਬ ਲਾਈਕ ਕੋਈ ਬਬਲਿੰਗ ਵਾਲਾ ਕੰਮ ਨਹੀਂ ਹੈ, ਕੋਈ ਇਹਦੇ ਵਿੱਚ ਕੁਛ ਨਹੀਂ ਹੈ। ਇੱਕ ਹੈਂਡਮੇਡ ਆਉਂਦੇ ਆ ਉਹਦੇ ਵਿੱਚ ਕਿੰਨੀ ਕੁ ਉਹ 'ਚ ਬਬਲਿੰਗ ਰਹਿੰਦੀ ਆ? ਜੀ, ਉਹਦੇ ਵਿੱਚ ਬਿਲਕੁਲ ਬਬਲਿੰਗ ਰਹੇਗੀ, ਅਤੇ ਉਹਦੀ ਅਸੀਂ ਗਰੰਟੀ ਵੀ ਨਹੀਂ ਦੇਈਦੀ ਕਸਟਮਰ ਨੂੰ, ਤਾਂ ਕਿ ਕੱਲ੍ਹ ਨੂੰ ਕਸਟਮਰ ਦਾ ਸਾਡੇ ਨਾਲ ਕੋਈ ਵੀ ਇਸ਼ੂ ਨਾ ਰਹੇ। ਇਹ CNC ਭਾਜੀ, CNC ਮੇਡ ਸਪੇਸਰਸ ਹੈ, ਇਹ 0-0 ਡਿਗਰੀ 'ਤੇ ਬਣੇ ਹੁੰਦੇ ਆ, ਇਹਨਾਂ ਦੇ ਵਿੱਚ ਕੋਈ ਵੀ ਬਬਲਿੰਗ ਨਹੀਂ ਹੈ ਕਿਸੇ ਤਰ੍ਹਾਂ ਦੀ ਵੀ, ਚਾਹੇ ਕਸਟਮਰ 100-120 'ਤੇ ਵੀ ਕਾਰ ਨੂੰ ਚਲਾਵੇ, ਕੋਈ ਇਸ਼ੂ ਵਾਲੀ ਗੱਲ ਨਹੀਂ ਆਉਂਦੀ ਜੀ। ਠੀਕ ਹੈ, ਅਤੇ ਇਹ 'ਚ ਭਾਈ ਨੇ ਸਪੈਸ਼ਲ ਦੱਸੀ ਗਈ ਹੈ, ਮੈਂ ਦੁਬਾਰਾ ਇੱਕ ਵਾਰ ਦੱਸਦਾ, ਹਾਲੇ ਆਪਾਂ ਇਹਨੂੰ ਹੱਬ 'ਤੇ ਕਸਟਮਰ ਨੇ ਕੋਈ ਪੇਂਟ ਨਹੀਂ ਕਰਵਾਇਆ। ਵੈਸੇ ਭਾਅ ਜੀ ਓਰੀਜਨਲ ਹੈ ਭਾਅ ਜੀ, ਹਾਲੇ ਓਰੀਜਨਲ, ਵੈਸੇ ਇੱਥੇ ਸਾਨੂੰ ਪੇਂਟ ਕਰਾਉਣਾ ਚਾਹੀਦਾ ਹੈ ਨਾ? ਵੈਸੇ ਕਰਾਉਣਾ ਆਪਣੀ ਆਪਣੀ, ਦੇਖੋ ਇਹ ਇਟਸ ਡਿਪੈਂਡ ਔਨ ਕਸਟਮਰ ਕਿੱਦਾਂ ਦੀ ਚੋਇਸ ਹੈ ਉਹਨਾਂ ਦੀ, ਕਿੱਦਾਂ ਦੀ ਨਹੀਂ ਹੈ, ਬਟ ਕਸਟਮਰ ਵਾਂਟਸ ਕਿ ਸਾਨੂੰ ਸੋਬਰ ਲੋਕੀ ਜ਼ਿਆਦਾ ਚਾਹੀਦੀ ਹੈ, ਅਤੇ ਉਹਨਾਂ ਨੇ ਕੋਈ ਇਹਦੇ ਵਿੱਚ ਪੇਂਟ ਨਹੀਂ ਕਰਾਇਆ, ਕੋਈ ਕੁਛ ਨਹੀਂ ਕਰਾਇਆ। ਇੱਥੇ ਪਿੱਛੇ ਵੀ ਆਲ ਓਰੀਜਨਲ ਹੀ ਹੈ ਸਾਰਾ ਕੁਝ, ਹੱਬ ਜਿੱਦਾਂ ਵੀ ਹੈਗੀਆਂ ਜਿੱਦਾਂ ਕੰਪਨੀ ਨੇ ਦਿੱਤੀਆਂ ਹੱਬ, ਦੇਖ ਸਕਦੇ ਹੋ। ਪਹਿਲੇ ਇਹ ਕੰਪਨੀ ਦੀ ਹੱਬ ਆ ਗਈ, ਅੱਗੇ ਆ ਗਿਆ ਤੁਹਾਡਾ ਸਪੇਸਰ, ਸਪੇਸਰ ਦੇ ਉੱਤੇ ਪ੍ਰੋਪਰ ਨਟ ਉਹਨੂੰ ਲੌਕ ਕੀਤਾ ਗਿਆ, ਦੇਖ ਸਕਦੇ ਹੋ, ਇੱਕ ਵੀ ਨਟ ਵਿੱਚ ਮਿਸ ਨਹੀਂ ਕੀਤਾ, ਐ ਨਹੀਂ ਕਿ 5 ਨਟੀ ਹੈ ਤੇ 4 ਨਟੀ ਆਪਾਂ ਲਾ ਦਿੱਤੀ ਹੋਵੇ। ਨਹੀਂ ਨਹੀਂ ਨਹੀਂ, ਇਹ ਕੋਈ ਇਹਦੇ ਵਿੱਚ ਇਸ ਸਟੇਜ ਦੇ ਵਿੱਚ ਅਸੀਂ ਕੋਈ ਵੀ ਕਿਸੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਕੰਪਰੋਮਾਈਜ਼ ਨਹੀਂ ਕਰਦੇ। ਠੀਕ ਆ, ਪ੍ਰੋਪਰ ਫਿਟਮੈਂਟ ਹੋਏਗੀ ਤੇ ਕਸਟਮਰ ਨੂੰ ਗੱਡੀ ਡਿਲੀਵਰ ਕੀਤੀ ਜਾਊਗੀ, ਨਹੀਂ ਤੇ ਇਦਾਂ ਦਾ ਕੋਈ ਹੈ ਇਦਾਂ ਦਾ ਕੰਮ ਨਹੀਂ ਹੋਏਗਾ। ਤੇ ਦੂਜੀ ਚੀਜ਼ ਇਹਦੇ ਵਿੱਚ ਦੱਸ ਦਈਏ, ਨਿਓ ਦਾ 20 ਇੰਚੀਜ਼ ਕਿਹੜਾ ਕਲਰ ਰਹਿਣ ਵਾਲਾ ਭਾਜੀ? 20 ਇੰਚੀਜ਼ ਹੈ, ਇਹ ਸਿਲਵਰ ਮਸ਼ੀਨਡ ਲੋਏ ਹੈ, ਥੋੜਾ ਜਿਹਾ ਮੀਂਹ ਕਰਕੇ ਥੋੜਾ ਜਿਹਾ ਸਫਾਈ ਅੱਜ ਘੱਟ ਹੈ, ਤੇ ਯੂ ਕੈਨ ਸੀ ਇਹਦੇ ਵਿੱਚ ਪ੍ਰੋਪਰ ਦੇਖ ਸਕਦੇ ਹੋ ਤੁਸੀਂ ਭਾਜੀ, ਕੈਮਰਾ ਕੋਲ ਕਰਕੇ ਦਿਖਾ ਦਿਓ। ਸਹੀ ਗੱਲ ਹੈ, ਇਹ ਸਿਲਵਰ ਮਸ਼ੀਨਡ ਲੋਏ ਹੈ, ਇਹਦੇ ਵਿੱਚ ਇਹ ਸਿਲਵਰ ਹੈ, ਇਹ ਮਸ਼ੀਨਡ ਹੈ, ਇਹ ਮਸ਼ੀਨਡ ਹੈ। ਮੈਂ ਤੁਹਾਨੂੰ ਦੁਬਾਰਾ ਇੱਕ ਵਾਰ ਦਿਖਾ ਦਿੰਦਾ, ਥੋੜੇ ਮਿੰਟੀ ਲੱਗੀ ਉਹਦੇ ਕਰਕੇ, ਇਹ ਵੇਖੋ ਇਹ ਸਿਲਵਰ ਆ ਤੇ ਇਹ ਮਸ਼ੀਨਡ ਆ, ਤੇ ਇਹਦੇ ਵਿੱਚ ਆਪਾਂ ਅਲੋਏ ਦੀ ਵੀ ਕਸਟਮਰ ਨੂੰ ਗਾਰੰਟੀ ਦਿੱਤੀ ਹੈ, ਕੋਈ ਕਲਰ ਫੇਡ ਹੋ ਜਾਵੇ ਜਾਂ ਵੀਲ ਦੇ ਵਿੱਚ ਲੀਕੇਜ ਆ ਜਾਵੇ, ਅਲੋਏ ਅਸੀਂ ਰਿਪਲੇਸ ਕਰਕੇ ਦੇਵਾਂਗੇ, ਐਂਡ ਇਹ ਇੰਡੀਅਨ ਅਲੋਏ ਹੈ। ਠੀਕ ਆ, ਤੇ ਦੂਸਰਾ ਇਹਦੇ ਵਿੱਚ ਟਾਇਰ ਦੀ ਪ੍ਰੋਫਾਈਲ ਆਪਾਂ ਯੂਜ਼ ਕੀਤੀ ਹੈ 275/45R20। ਠੀਕ ਹੈ, ਇਹਦੇ ਵਿੱਚ ਕੋਈ ਸਾਨੂੰ ਚੱਕਣ ਦੀ ਕੋਈ ਕਟਿੰਗ ਦੀ ਕੋਈ ਚੀਜ਼ ਕਿਸੇ ਤਰ੍ਹਾਂ ਦੀ ਭਾਜੀ ਕੋਈ ਇਹਦੇ ਵਿੱਚ ਲੋੜ ਨਹੀਂ ਪਈ, ਨਾ ਅੱਗੋਂ ਫਰੰਟ ਤੋਂ ਕਿਤੋਂ ਕਟਿੰਗ ਦੇ ਵਿੱਚ ਇੱਕ ਟੱਚ ਕਰਦੀ ਹੈ, ਨਾ ਕਿਤੇ ਗੈਪ ਬਹੁਤ ਹੈ, ਸਪੇਸ ਬਹੁਤ ਹੈ। ਠੀਕ ਹੈ, ਬਾਕੀ ਗੱਡੀ ਥੋੜੀ ਲਿਬੜੀ ਆ ਉਹਦੇ ਕਰਕੇ, ਪਹਿਲੇ ਹੀ ਕਹਿ ਦਈਏ ਤੁਹਾਨੂੰ ਦੁਬਾਰਾ, ਅਗੇਨ ਸੌਰੀ, ਆਪਾਂ ਜਿੰਨਾ ਕੰਮ ਦਿਖਾਇਆ ਤੁਹਾਨੂੰ। ਆਈ ਥਿੰਕ ਬਲੈਰੋ ਇਹੋ ਜਿਹਾ ਸੈਗਮੈਂਟ ਹੈ, ਇਹ ਥੋੜੀ ਲਿਬੜੀ ਹੋਈ ਸੀ ਗੱਡੀ, ਜ਼ਿਆਦਾ ਸੋਹਣੀ ਜ਼ਿਆਦਾ ਸੋਹਣੀ ਲੱਗਦੀ ਹੈ। ਤੇ ਇੱਕ ਵਾਰ ਭਾਈ ਆਪਾਂ ਥੋੜਾ ਪਿੱਛੇ ਹੋ ਕੇ ਦਿਖਾਈਏ ਕਿੱਦਾਂ ਦੀ ਲੁੱਕ ਆ ਰਹੀ ਹੈ, ਤੇ ਤੁਹਾਡੇ ਸਾਹਮਣੇ ਮਤਲਬ ਇਹਨੂੰ ਨਾ ਅਗਰ 20 ਇੰਚੀਸ ਫਿੱਟ ਕਰਦੇ ਆ ਤੇ ਇੱਕ ਜੀ ਵੈਗਨ ਦੀ ਲੁੱਕ ਇਹਨੂੰ ਮਿਲਦੀ ਹੈ, ਇਹਦੇ ਵਿੱਚ ਜੀ ਵੈਗਨ ਦੀ ਲੁੱਕ ਆ ਰਹੀ ਹੈ। ਤੇ ਕਸਟਮਰ ਨੇ ਪੈਸਿਆਂ ਦੇ ਵਿੱਚ ਵੀ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਹੀਂ ਕੀਤਾ, ਕਸਟਮਰ ਨੇ 5th ਅਲੋਏ ਟਾਇਰ ਵੀ ਸਾਡੇ ਕੋਲੋਂ ਲਿਆ। ਠੀਕ ਹੈ, ਸੀ ਕਸਟਮਰ ਦੀ ਡਿਮਾਂਡ ਸੀ ਕਿ ਅਸੀਂ 5 ਹੀ ਟਾਇਰ ਤੇ 5 ਹੀ ਅਲੋਏ ਲਾਉਣੇ ਇਹਨੂੰ ਕਾਰ ਨੂੰ। ਠੀਕ ਹੈ, ਹਾਂਜੀ, 5th ਵੀ ਅਸੀਂ ਇੰਸਟਾਲ ਕੀਤਾ ਭਾਜੀ। ਤੇ ਇਹਦੇ ਵਿੱਚ ਤੁਹਾਨੂੰ ਕਲੀਅਰ ਹੁਣ ਦਿਖ ਰਿਹਾ ਹੈਗਾ, ਇਹ ਮਸ਼ੀਨਡ ਆ, ਵੇਖ ਸਕਦੇ ਹੋ ਆਰਾਮ ਨਾਲ, ਜਿੱਥੇ ਮੇਰੇ ਹੱਥ ਦੀ ਹਰ ਪਰਛਾਈ ਆ ਰਹੀ ਹੈ ਤੇ ਇਹ ਮਸ਼ੀਨਡ ਆ, ਇੱਥੇ ਕੋਈ ਪਰਛਾਈ ਨਹੀਂ ਆ ਰਹੀ, ਦੇਖ ਸਕਦੇ ਹੋ। ਦੁਬਾਰਾ ਇੱਕ ਵਾਰ ਰਿਪੀਟ ਕਰ ਰਿਹਾ,
ਇਸ ਚੀਜ਼ ਤੋਂ ਤੁਸੀਂ ਜੱਜਮੈਂਟ ਆਰਾਮ ਨਾਲ ਕਰ ਸਕਦੇ ਹੋ। ਬਿਲਕੁਲ ਭਾਜੀ ਬਿਲਕੁਲ ਤੁਸੀਂ ਜੱਜਮੈਂਟ ਕਰ ਸਕਦੇ ਹੋ। ਇਹਦੇ ਵਿੱਚ ਕਾਰ ਦੀ ਬਿਲਕੁਲ ਲੁੱਕ ਚੇਂਜ ਹੋ ਚੁੱਕੀ ਹੈ ਇਸ ਟਾਈਮ ਤੇ। ਇੱਕ ਚੀਜ਼ ਹੋਰ, ਕਈ ਲੋਕੀ ਹਾਂ ਅੱਜ ਕੱਲ੍ਹ ਟ੍ਰੈਂਡਿੰਗ 'ਚ ਹੈ, ਇੱਕ ਚੀਜ਼ ਹੋਰ ਆਪਾਂ ਭਾਈ ਦੇਖੀ ਹੈ, ਮੈਂ ਸੋਰੀ ਤੁਹਾਨੂੰ ਡਿਸਟਰਬ ਬਾਰ ਬਾਰ ਰੋਕ ਰਿਹਾ, ਤੇ ਇਹ ਜੈਨੂਇਨ ਆ ਗਈ ਆਪਣੀ, ਅੱਗੇ ਪਿੱਛੇ ਵੀ ਕਸਟਮਰ, ਕਈ ਲੋਕ ਇਹ ਨਟ ਵਢਵਾ ਕੇ ਇਹਦੇ ਅਕੋਰਡਿੰਗਲੀ ਐਡਜਸਟ ਕਰਵਾ ਦਿੰਦੇ ਆ। ਕੀ ਹੁੰਦਾ ਕਸਟਮਰ ਉਹਦੇ ਵਿੱਚ ਹੋਲ ਕਰਾ ਦਿੰਦੇ ਆ ਜਿਹੜਾ ਓਰੀਜਨਲ ਇਹਦਾ ਬੈਕ ਵਾਲਾ ਕਵਰ ਆ, ਬਟ ਇਹਦੇ ਵਿੱਚ ਕਸਟਮਰ ਨੇ ਕਿਹਾ ਸੀ ਕਿਸੇ ਤਰੀਕੇ ਦੀ ਕੋਈ ਲਾਈਕ ਕੋਈ ਕਿਸੇ ਤਰੀਕੇ ਦੀ ਚੇਂਜ ਨਹੀਂ ਕਰਨਾ ਕਾਰ ਦੇ ਵਿੱਚ, ਤੇ ਦੇ ਸਾਈਡ ਕੇ ਇਹਨੂੰ ਸਪੇਸਰ ਲਾ ਕੇ ਤੇ ਆਪਾਂ ਫਿਰ ਇਹਨੂੰ ਇੰਸਟਾਲ ਕੀਤਾ। ਪਿੱਛੇ ਵੀ ਸਪੇਸਰ ਲਗਾਇਆ ਜੀ, ਇਹ ਚੀਜ਼ ਖਾਸ ਹੈ, ਪ੍ਰੋਪਰ ਸਪੇਸਰ ਲਾ ਕੇ ਨਟ ਕਾਸੇ ਆ, ਆਫਟਰ ਦੈਟ ਆਪਾਂ ਇਹਨੂੰ ਲਾਇਆ, ਤੇ ਇਹਦੇ ਵਿੱਚ ਕੋਈ ਰਿਸਕ ਵਾਲੀ ਗੱਲ ਨਹੀਂ, ਰਿਸਕ ਵਾਲੀ ਗੱਲ ਨਹੀਂ। ਔਰ ਸਭ ਤੋਂ ਵਧੀਆ ਚੀਜ਼ ਬਾਡੀ ਨਾਲੋਂ ਥੋੜਾ ਗੈਪ ਵੀ ਮਿਲ ਗਿਆ ਹੈ ਆਰਾਮ ਨਾਲ ਉਹਨੂੰ, ਤੇ ਨਹੀਂ ਤੇ ਇਹ ਟੱਚ ਹੋਣਾ ਹੀ ਹੋਣਾ ਸੀ ਕਿਉਂਕਿ ਕੰਪਨੀਆਂ ਦਾ ਜਿਹੜਾ ਰਿਮ ਆਉਂਦਾ ਉਹ ਘੱਟ ਚੌੜਾ ਹੁੰਦਾ, ਉਹ ਥੋੜਾ ਘੱਟ ਚੌੜਾ ਹੁੰਦਾ। ਇਹ 20 ਇੰਚ ਇੰਸਟਾਲ ਕੀਤਾ ਆਪਾਂ, ਥੋੜੀ ਜਿਹੀ ਇਹਦੀ ਵਿਡਥ ਜ਼ਿਆਦਾ, ਤੇ ਇਸ ਕਰਕੇ ਆਪਾਂ ਹੁਣ ਸਪੇਸਰ ਲਾ ਕੇ ਥੋੜਾ ਜਿਹਾ ਇਹਨੂੰ ਬਾਹਰ ਕਰਤਾ, ਬਟ ਇਹਦੇ ਨਾਲ ਕਾਰ ਨੂੰ 1% ਵੀ ਕੋਈ ਦਿੱਕਤ ਨਹੀਂ ਆਏਗੀ ਭਾਈ। ਤੇ ਬਾਕੀ ਗੱਡੀ ਦੀ ਇਹ ਵੀ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਈਏ, ਪਹਿਲੇ ਨਾਲੋਂ ਗੱਡੀ ਦਾ ਜਿਹੜਾ ਆਫ ਰੋਡਿੰਗ ਭਾਈਆਂ ਨੇ ਰਿਮ ਪਾਏ ਸੀ ਉਹ ਬਹੁਤ ਜ਼ਿਆਦਾ ਆਊਟ ਸੀਗੇ, ਤੇ ਉਹਦੇ ਕਰਕੇ ਗੱਡੀ ਲਿਬੜਦੀ ਸੀ। ਉਹਨਾਂ ਨੇ ਪਹਿਲਾਂ ਪਾਏ ਸੀਗੇ ਲਾਈਕ ਚੌੜੇ ਚੌੜੇ 10 ਇੰਚ ਸਟੀਲ ਵੀਲ ਪਾਏ ਸੀਗੇ, ਤੇ ਫੁੱਲ 295 ਇੰਚ ਦਾ ਟਾਇਰ ਪਾਇਆ ਸੀਗਾ ਜਿਹਨੂੰ ਆਪਾਂ 9J ਕਹਿੰਦੇ ਆ, ਹਨਾ ਉਹੀ ਵਾਲੇ। ਹਾਂਜੀ ਬਿਲਕੁਲ, ਤੁਸੀਂ ਇਥੋਂ ਜੱਜਮੈਂਟ ਕਰ ਸਕਦੇ ਹੋ ਕਾਫੀ ਉੱਪਰ ਤੱਕ ਕਾਰ ਵੇਖੋ ਐਦਾਂ ਛਿੱਟੇ ਜਾਂਦੇ ਸੀ, ਮੌਸਮ ਵੀ ਹੈ ਤਾਂ ਕਰਕੇ ਵੀ ਹੈ, ਬਟ ਹੁਣ ਕਾਰ ਦੀ ਲੁੱਕ ਕੰਪਲੀਟਲੀ ਚੇਂਜ ਹੋ ਚੁੱਕੀ ਹੈ, ਮਜ਼ੇ ਦਾ ਲੁੱਕ ਹੈ ਜੋ ਚੀਜ਼ ਤੁਹਾਡੇ ਸਾਹਮਣੇ ਹੈ। ਓਵਰਵਿਊ ਦੇਖ ਸਕਦੇ ਹੋ ਕਾਰ ਦਾ ਕਿਦਾਂ ਦੀ ਲੱਗੀ, ਤੇ ਇੱਕ ਵਾਰੀ ਤੁਸੀਂ ਸਾਰੇ ਜਣੇ ਓਵਰਵਿਊ ਨੂੰ ਇੰਜੋਏ ਕਰੋ, ਫਿਰ ਉਸ ਤੋਂ ਬਾਅਦ ਆਪਾਂ ਤੁਹਾਨੂੰ ਐਡਰੈਸ ਤੇ ਫੋਨ ਨੰਬਰ ਸਾਰਾ ਕੁਝ ਭਾਈ ਦਾ ਦੱਸਦੇ ਆ, ਤੇ ਗੱਡੀ ਕਿੰਨੇ ਕਿਲੋਮੀਟਰ ਰਨ ਕਰੀ ਉਹ ਵੀ ਤੁਹਾਨੂੰ ਦਿਖਾਵਾਂਗੇ ਸਾਰਿਆਂ ਨੂੰ। ਗੱਡੀ ਦੀ ਪਿਕਸ ਸਭ ਕੁਝ ਏ ਟੂ ਜ਼ੈਡ ਜਿੰਨਾ ਕੋ ਆਪਾਂ ਵਿੱਚ ਪਾ ਸਕਦੇ ਆਪਾਂ ਪਾਇਆ ਤੁਹਾਨੂੰ, ਸਾਰਾ ਕੁਝ ਏ ਟੂ ਜ਼ੈਡ ਦਿਖਾਇਆ, ਤੇ ਭਾਈ ਇੱਕ ਵਾਰ ਦਿਖਾਈਏ ਗੱਡੀ ਕਿੰਨੇ ਕਿਲੋਮੀਟਰ ਰਨ ਹੈ। ਜੀ ਬਿਲਕੁਲ, ਕਾਰ ਬਿਲਕੁਲ ਫਰੈਸ਼ ਹੈ ਜੀ, 615 ਕਿਲੋਮੀਟਰਸ ਰਨ ਹੈ ਗੱਡੀ, ਤੇ ਬਿਲਕੁਲ ਬ੍ਰੈਂਡ ਨਿਊ ਗੱਡੀ ਦੇ ਅਲੋਏ ਵੀਲ ਇੱਕ ਵਾਰ ਉਤਰੇ, ਬ੍ਰੈਂਡ ਨਿਊ ਗੱਡੀ ਦੇ ਅਲੋਏ ਵੀਲ ਹੈ, ਇਵਨ ਕਿ ਇਹਦੇ ਕਾਰ ਦੇ ਹਜੇ ਜਿਹੜੇ ਓਰੀਜਨਲ ਸੀਟ ਕਵਰਸ ਆਉਂਦੇ ਆ ਉਹ ਵੀ ਨਹੀਂ, ਪੋਲੀਥੀਨ ਕਵਰਸ ਆਉਂਦੇ ਆ ਉਹ ਵੀ ਨਹੀਂ ਹਜੇ ਤੱਕ ਲੱਥੇ ਜੀ। ਤੇ ਤੁਹਾਡੇ ਸਾਹਮਣੇ 615 ਕਿਲੋਮੀਟਰ ਚੱਲੀ ਗੱਡੀ ਆਈ ਆਪਣੇ ਕੋਲ, ਤੇ ਬਾਕੀ ਸਾਰਾ ਕੁਝ ਡਿਟੇਲ ਤੁਹਾਨੂੰ ਦੱਸਦੀ ਹੈ ਅਗਲੀ ਵੀਡੀਓ ਲੈ ਕੇ ਆਵਾਂਗੇ ਬਲੈਰੋ 'ਚ, ਹੋਰ ਜਿਹੜੀ ਇੰਨੀਆਂ ਮੋਡੀਫਿਕੇਸ਼ਨਾਂ ਆਉਂਦੀਆਂ ਉਹਦੇ ਉੱਤੇ। ਬਾਕੀ ਕਿੱਦਾਂ ਦੀ ਗੱਡੀਆਂ ਤੁਹਾਨੂੰ ਵੇਖਣੀਆਂ ਸਾਡੇ ਚੈਨਲ ਤੇ ਪਸੰਦ ਹੈ, ਪਲੀਜ਼ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ। ਸਹੀ ਗੱਲ ਹੈ ਭਾਈ, ਤੁਹਾਡੇ ਕਮੈਂਟਸ ਦੀ ਸਾਨੂੰ ਐਵਰੀ ਟਾਈਮ ਹਰ ਵੇਲੇ ਵੇਟ ਰਹਿੰਦੀ ਹੈ, ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਅਸੀਂ ਵਧੀਆ ਕੀਤਾ ਤੇ ਕੀ ਅਸੀਂ ਵਧੀਆ ਨਹੀਂ ਕੀਤਾ। ਜੋ ਅਸੀਂ ਥੋੜੀ ਬਹੁਤ ਪ੍ਰੋਬਲਮ ਆ ਰਹੀ ਹੈ ਕਿਸੇ ਵੀ ਕਸਟਮਰ ਨੂੰ ਕੋਈ ਆਉਂਦੀ ਹੈ ਉਹ ਅਸੀਂ ਨੈਕਸਟ ਟਾਈਮ ਇੰਪਰੂਵ ਕਰ ਸਕਦੇ ਹਾਂ ਜੀ। ਤੇ ਬਾਕੀ ਅਗਰ ਫੋਨ ਨੰਬਰ ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਦੱਸਦਾ, ਫਲੈਸ਼ ਹੁੰਦੇ ਦੇਖਦੇ ਪਏ, ਬਾਕੀ ਭਾਈ ਦੇ ਮੂੰਹ ਹੁਣ ਆਪਾਂ ਘਲਵਾ ਵੀ ਦੇਵਾਂਗੇ ਤੁਹਾਨੂੰ ਸਾਰੇ ਜਣਿਆਂ ਨੂੰ। ਬਾਕੀ ਇੱਕ ਚੀਜ਼ ਯਾਰ, ਇੰਸਟਾਗ੍ਰਾਮ ਤੇ ਬਹੁਤ ਮੈਸੇਜ ਆਉਂਦੇ ਸਾਨੂੰ ਕਿ ਹਾਂਜੀ ਇੰਨੇ ਇੰਚੀਸ ਅਲੋਏ ਵੀਲ, ਇੰਨੇ ਇੰਚੀਸ ਅਲੋਏ, ਤੁਹਾਨੂੰ ਕਿਹਦੇ ਪਾਰਟੀਕੂਲਰ ਸਾਈਜ਼ ਦੇ ਵਿੱਚ ਅਲੋਏ ਵੀਲ ਵੇਖਣੇ ਪਸੰਦ ਹੈ, ਆਪਾਂ ਉਹਦੇ ਉੱਤੇ ਇੱਕ ਵੀਡੀਓ ਲੈ ਕੇ ਆਵਾਂਗੇ। ਬਿਲਕੁਲ, ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਤੁਹਾਨੂੰ ਕਿੱਦਾਂ ਦੇ ਅਲੋਏਜ਼, ਕਿਹੜਾ ਸੈਗਮੈਂਟ ਚਾਹੀਦਾ, ਅਸੀਂ ਉਹਦੇ ਵਿੱਚ ਤੁਹਾਨੂੰ ਪ੍ਰੋਪਰ ਵੈਰਾਈਟੀ ਦਿਖਾਵਾਂਗੇ ਤੇ ਪ੍ਰੋਪਰ ਟਾਇਰਸ ਵੀ ਦਿਖਾਵਾਂਗੇ ਨਾਲ, ਵੀ ਕਿਹੜਾ ਅਲੋਏ ਕਿਹੜੀ ਕਾਰ ਵਾਸਤੇ ਕਿਹੜਾ ਸਾਈਜ਼ ਪ੍ਰੈਫਰੇਬਲ ਹੈ ਤੇ ਸੂਟੇਬਲ ਹੈ। ਤੇ ਨਾਲੇ ਦੂਜੀ ਚੀਜ਼ ਤੁਹਾਨੂੰ ਦੱਸ ਦਈਏ ਭਾਜੀ, ਉਹਨਾਂ ਕੋਲ ਅਲੋਏ ਵੀਲਸ ਤੇ ਹਰ ਬ੍ਰਾਂਡ ਦੇ ਮਿਲਦੇ ਆ, ਟਾਇਰ ਦੇ ਉੱਤੇ ਵੀ ਬ੍ਰਾਂਡ ਵੀ ਮਿਲੇਗਾ, ਇੰਪੋਰਟਡ ਵੀ ਮਿਲੇਗਾ, ਬਿਲਕੁਲ ਬਿਲਕੁਲ ਦੋਨੋਂ ਬਿਲਕੁਲ ਅਵੇਲੇਬਲ, ਦੋਨੋਂ ਚੀਜ਼ਾਂ ਅਵੇਲੇਬਲ। ਐ ਨਹੀਂ ਕਿ ਆਪਾਂ ਸੀਟ ਕਹੀਏ ਸੀਟ ਨਹੀਂ, ਹਰ ਬ੍ਰਾਂਡ ਦਾ ਟਾਇਰ ਭਾਜੀ ਕੋਲ ਅਵੇਲੇਬਲ ਹੈਗਾ ਤੇ ਹਰ ਸਾਈਜ਼ ਅਵੇਲੇਬਲ ਹੈ। ਤੁਸੀਂ ਕਾਲ ਕਰਕੇ ਪੁੱਛੋ, ਇਹਨਾਂ ਤੱਕ ਹੀ ਟਰੈਕਟਰ ਟਾਇਰਸ ਦੇ ਜਿਹੜੇ ਆਪਣੇ ਆਉਂਦੇ ਆ ਆਫਟਰ ਮਾਰਕੀਟ ਚੌੜੇ ਚੌੜੇ ਜਿਹਨੂੰ ਆਪਾਂ ਕਹਿੰਦੇ ਆ, ਟਾਇਰਸ ਸਾਰੇ ਅਵੇਲੇਬਲ ਹੈ। ਨੈਕਸਟ ਵੀਡੀਓ ਤੁਹਾਨੂੰ ਪੂਰੀ ਕੋਸ਼ਿਸ਼ ਰਹੇਗੀ ਕਿ ਮਤਲਬ ਸਾਰੀ ਤਰ੍ਹਾਂ ਦੇ ਸੈਗਮੈਂਟ ਦਿਖਾਇਆ ਜਾਵੇ, ਟਰੈਕਟਰ ਦੇ ਫਰੰਟ ਟਾਇਰਸ, ਬੈਕ ਟਾਇਰ ਸਾਰਾ ਕੁਝ ਸਾਡੇ ਕੋਲ ਅਵੇਲੇਬਲ ਹੈ। ਤੁਹਾਨੂੰ ਨੈਕਸਟ ਵੀਡੀਓ 'ਚ ਅਸੀਂ ਜ਼ਰੂਰ ਦਿਖਾਵਾਂਗੇ ਜੀ ਟਰੈਕਟਰ ਦਾ ਸੈਗਮੈਂਟ, ਟਰੈਕਟਰ ਦੇ ਸੈਗਮੈਂਟ ਵਾਸਤੇ ਇੱਕ ਨਵੀਂ ਜ਼ਰੂਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ। ਤੇ ਬਾਕੀ ਇਹੋ ਜੀ ਵੀਡੀਓ ਵੇਖਣ ਲਈ ਚੈਨਲ ਕਰੋ ਜ਼ਰੂਰ ਸਬਸਕ੍ਰਾਈਬ, ਤੇ ਭਾਜੀ ਇੱਕ ਵਾਰ ਹੁਣ ਆਪਣਾ ਇੱਕ ਫੋਨ ਨੰਬਰ ਤੇ ਐਡਰੈਸ ਦੱਸ ਦਈਏ। ਸਾਡਾ ਐਡਰੈਸ ਹੈ ਜੀ ਖਾਲਸਾ ਟਾਇਰ ਜਲੰਧਰ, ਨੀਅਰ ਕਮਲ ਪੈਲਸ ਹੋਟਲ, ਇਨ ਫਰੰਟ ਆਫ ਗੁਰਦੁਆਰਾ ਸਾਹਿਬ, ਤੇ ਸਾਡਾ ਫੋਨ ਨੰਬਰ ਹੈ 9814500046, 9041464646। ਬਾਕੀ ਇਹੋ ਜਿਹੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਕਰੋ ਜੂ ਸਬਸਕ੍ਰਾਈਬ, ਤੇ ਟਿਲ ਦੈਨ ਬਾਏ, ਮਿਲਦੇ ਹਾਂ ਇਹੋ ਜਿਹੀਆਂ ਮਜ਼ੇਦਾਰ ਵੀਡੀਓਜ਼ ਲੈ ਕੇ, ਔਰ ਥੈਂਕਸ ਫਾਰ ਵਾਚਿੰਗ।